ਲੁਧਿਆਣਾ ਵਿੱਚ ਨੌਜਵਾਨਾਂ ਤੇ ਚਾਕੂਆਂ ਦੇ ਨਾਲ ਹਮਲਾ ਕੀਤਾ ਜਾਂਦਾ। ਦੱਸ ਦਈਏ ਕਿ ਧਾਰਮਿਕ ਸਮਾਰੋਹ ਵਿੱਚ ਲੰਗਰ ਪੈਕਿੰਗ ਕਰਵਾਉਣ ਨੂੰ ਲੈ ਕੇ ਕਹਾਸੁਣੀ ਹੋਈ ਸੀ, ਜਿਸ ਤੋਂ ਬਾਅਦ ਦੋ ਜ਼ਖਮੀ ਹੋ ਜਾਂਦੇ ਨੇ। ਤਸਵੀਰਾਂ ਵੇਖ ਸਕਦੇ ਹੋ, ਲੁਧਿਆਣਾ ਵਿੱਚ ਬੀਤੀ ਰਾਤ ਬਿੰਦਰਾ ਕਲੋਨੀ ਦੇ ਰਹਿਣ ਵਾਲਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਦੋ ਨੌਜਵਾਨਾਂ ਅਤੇ ਕਰੀਬ 15 ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇੱਕ ਨੌਜਵਾਨ ਦੇ ਸਿਰ 'ਤੇ ਲਗਾਤਾਰ ਦਾਤਰ ਮਾਰੇ ਜਾਂਦੇ ਨੇ ਅਤੇ ਦੂਜੇ ਨੌਜਵਾਨ ਦੀ ਲੱਤ ਤੱਕ ਵੜ ਦਿੱਤੀ ਜਾਂਦੀ ਹੈ। ਜ਼ਖਮੀਆਂ ਦੀ ਪਹਿਚਾਣ ਸੋਨੂੰ ਅਤੇ ਦਲੀਪ ਦੇ ਰੂਪ 'ਚ ਹੋਈ ਹੈ। ਉੱਧਰ ਹੀ ਸੋਨੂੰ ਨੂੰ CMC ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਦਲੀਪ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਬਦਮਾਸ਼ ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨਾਂ ਨੂੰ ਘੇਰ ਰੱਖਿਆ ਸੀ, ਜਿਸ ਤੋਂ ਬਾਅਦ ਉਹਨਾਂ 'ਤੇ ਹਮਲਾ ਕਰ ਦਿੱਤਾ। ਇੱਕ ਹਫ਼ਤੇ ਪਹਿਲਾਂ ਇਲਾਕੇ ਵਿੱਚ ਧਾਰਮਿਕ ਪ੍ਰੋਗਰਾਮ ਵਿੱਚ ਲੰਗਰ ਪੈਕਿੰਗ ਕਰਵਾਉਣ ਨੂੰ ਲੈ ਕੇ ਹਮਲਾਵਰਾਂ ਦੀ ਦੋ ਨੌਜਵਾਨਾਂ ਦੇ ਨਾਲ ਬਹਿਸਬਾਜ਼ੀ ਹੋਈ ਸੀ। ਮਾਮਲਾ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਹੈ ਕਿ 15 ਨੌਜਵਾਨਾਂ ਦੇ ਵੱਲੋਂ ਤਕਰੀਬਨ ਇੱਕ ਗੁੱਟ ਦੇ ਵੱਲੋਂ ਹੀ ਦੋ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ ਜਾਂਦਾ। ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਨੌਜਵਾਨ ਜ਼ਖਮੀ ਹੁੰਦੇ ਨੇ। ਉੱਧਰ ਹੀ ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਘਟਨਾ ਵਾਲੀ ਥਾਂ 'ਤੇ ਪੁੱਜੇ ਨੇ, CCTV ਕੈਮਰੇ ਚੈੱਕ ਕਰ ਰਹੇ ਨੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਆ ਨਾਮ ਹੈ? ਦਲੀਪ ਕੁਮਾਰ। ਦਲੀਪ ਜੀ, ਕਿਆ ਹਸਪਤਾਲ ਆਏ ਹੋ? ਸਰ, ਮੈਂ ਮੇਰਾ ਫਰੈਂਡ ਸੋਨੂੰ, ਅੱਜ ਦੋਨੋਂ ਆਪਣੀ ਸ਼ੋਪ ਤੋਂ ਨਿਕਲ ਕੇ CMC ਹਸਪਤਾਲ ਨੂੰ ਆ ਰਹੇ ਸੀ। ਸਾਡੇ ਰਿਲੇਸ਼ਨ 'ਚ ਐਡਮਿਟ ਨੇ, ਉਹਨਾਂ ਨੂੰ ਮਿਲਣ ਆਏ ਸੀ ਅਤੇ ਸਾਡੀ ਸ਼ੋਪ ਤੋਂ ਗਿਣਤੀ ਦਸ ਕਦਮ ਹੋਣਗੇ ਜੀ। ਉੱਥੇ ਖੜ੍ਹ ਕੇ ਮੁੰਡੇ, ਅਸੀਂ ਜੋ ਨਿਕਲ ਲੱਗੇ ਮੁੰਡੇ, ਸਾਨੂੰ ਘੇਰਾ ਪਾ ਲਿਆ, ਸਾਨੂੰ ਟੋਕੇ ਮਾਰੀ ਉਹਨਾਂ ਨੇ। ਕਿੰਨੇ ਲੜਕੇ ਸੀ ਉਹ? ਉਹ ਗਿਣਤੀ ਦਾ 8-9 ਐਕਟਿਵਾ ਹੋਣਗੇ ਇਹਨਾਂ ਕੋਲ, ਵਿੱਚ ਮੋਟਰਸਾਈਕਲ ਵੀ ਸੀ, 18-19 ਮੁੰਡੇ ਹੋਣਗੇ। ਸੋਨੂੰ ਦੇ ਬਹੁਤ ਮਾਰੀ ਹੈ ਜੀ, ਮੈਨੂੰ ਉਹਨਾਂ ਨੇ 50-50 ਜੀ, 50-50 ਮਾਰੇ, ਸੱਟਾਂ ਮੇਰੀਆਂ ਬਹੁਤ ਮਾਰੀ। ਕਾਰਨ ਕੀ ਹੈ ਦੁਸ਼ਮਣੀ? ਕਾਰਨ ਕੁਛ ਨਹੀਂ ਹੈ ਜੀ, ਸਾਡਾ ਇਹਨਾਂ ਨੇ ਮੇਲਾ ਖਰਾਬ ਕੀਤਾ ਸੀ ਜੀ। ਕੱਲ੍ਹ ਇਹਨਾਂ ਨੂੰ ਸਮਝਾਇਆ ਸੀ ਮੇਲੇ ਦੇ ਬਾਅਦ, ਅਤੇ ਇਹਨਾਂ ਨੇ ਕਿਹਾ ਕੋਈ ਨਹੀਂ ਕਰ ਲਾਂਗੇ। ਅਸੀਂ ਰਾਤੀ ਨੂੰ ਸਮਝਾਇਆ ਅਤੇ ਮੰਨ ਗਏ ਸੀ, ਅਸੀਂ ਸਾਡੇ ਨਾਲ ਇੱਦਾਂ ਕਰਤਾ ਜੀ। ਇਹ ਹੈਗੇ ਇਲਾਕੇ ਦੇ ਹੀ ਨੇ? ਨਹੀਂ, ਇਹ ਸਾਨੂੰ ਨਹੀਂ ਪਤਾ ਕੌਣ ਹੈ ਜੀ, ਡਿਫਾਲਟਰ ਨੇ ਜੀ, ਲੁੱਟ ਖੋ ਵਾਲੇ ਜੀ। ਅੱਛਾ, ਇਹਨਾਂ ਦੇ ਨਾਮ ਕੁਛ ਪਤਾ ਹੋਣਾ? ਇੱਕ ਦੋਵਾਂ ਨਾਮ ਪਤਾ ਜੀ, ਇੱਕ ਦਾ ਗੋਰੀ, ਇੱਕ ਦਾ ਕਾਕਾ, ਬਾਕੀ ਸਾਰੇ ਇਹਨਾਂ ਨਾਲ ਸੀਗੇ ਜੀ। ਉਹ ਕਰਦੇ ਕੀ ਭਾਈ? ਲੁੱਟ ਖੋਵਾ ਕਰਦੇ ਜੀ। ਮੈਂ ਰਕੇਸ਼ ਕੁਮਾਰ ਹਾਂ, ਮੈਂ ਮੰਦਰ, ਅਸੀਂ ਬਿੰਦਰਾ ਕਲੋਨੀ ਰਹਿਣ ਵਾਲੇ ਹਾਂ। ਹਾਂਜੀ, ਅੱਜ ਸਿਵਲ ਹਸਪਤਾਲ ਆਏ ਸੀਗੇ, ਮੈਂ CMC ਆਈ ਹਾਂ, ਤੁਹਾਡੇ ਦੋ ਲੜਕਿਆਂ ਦੇ ਚੋਟ ਲੱਗੀ ਆ, ਮਾਰ ਕੁਟਾਈ ਹੋਈ ਆ, ਦੋਨਾਂ ਦਾ ਕੀ ਨਾਮ ਆ? ਦੋਨਾਂ ਜਿਹੜੇ ਜਾਈ ਸੱਟ ਲੱਗੀ ਉਹ ਹੈਗਾ ਸੋਨੂੰ ਨਾਮ ਉਹਦਾ, ਦੂਜੇ ਦਾ ਹੈਗਾ ਦਲੀਪ। ਹੋਇਆ ਸਰ ਅੱਜ ਕੀ ਹੈ, ਮੈਂ ਦੱਸਦਾ, ਜੋ ਰਿਐਲਿਟੀ ਜੋ ਪਿਛਲੇ ਪੰਜ ਬਿੰਦਰਾ ਕਲੋਨੀ ਸਾਡਾ ਮਾਤਾ ਦਾ ਮੇਲਾ ਸੀਗਾ, ਮੇਲਾ 'ਤੇ ਸੀਗਾ, ਅਸੀਂ ਕੀ ਕਿਤੇ ਪ੍ਰਸ਼ਾਦ ਬਣਾਇਆ ਸੀਗਾ, ਠੀਕ ਹੈ, ਅਸੀਂ ਲੰਗਰ ਬਣਾਇਆ ਸੀਗਾ ਅਤੇ ਲੰਗਰ 'ਚ ਸੀ ਕਿ ਵੀ ਸਭ ਨੂੰ ਇਹ ਕਿਹਾ ਵੀ ਲੰਗਰ ਕਿਸੇ ਨੂੰ ਦੇਣਾ ਨਹੀਂ, ਖਾਲੀ ਬਿਠਾ ਕੇ ਖਵਾਓ, ਅਤੇ ਜਿਹੜੇ ਮੁੰਡੇ ਆ, ਇਹ ਜਿਹੜੇ ਮੁੰਡੇ ਹਥਿਆਰ ਲੜੇ ਆ, ਇਹਨਾਂ ਨੇ ਕਿਹਾ ਵੀ ਸਾਨੂੰ ਪੈਕਿੰਗ ਕਰਕੇ ਦਿਓ। ਅਸੀਂ ਕਿਹਾ ਪੈਕ, ਜਿਹੜੇ ਮੁੰਡੇ ਸੀਗੇ ਜਿਹਨੇ ਭੇਜਿਆ ਬੰਦਾ, ਉਹਦਾ ਨਾਮ ਸੀ ਨਰੇਸ਼, ਠੀਕ ਹੈ, ਉਹਨੇ ਕਿਹਾ ਵੀ ਲੰਗਰ ਪਾ ਕੇ ਦਿਓ, ਅਸੀਂ ਕਿਹਾ ਲੰਗਰ ਨਹੀਂ ਪਾ ਕੇ ਦੇਣਾ, ਉਹ ਚਲਾ ਗਿਆ। ਉਹ ਜਿਹੜੇ ਨਾਲ ਦੇ ਮੁੰਡੇ, ਉਹਨਾਂ ਨੇ ਕਿਹਾ ਤੈਨੂੰ ਕਿੱਦਾਂ ਪਾ ਕੇ ਦਿੱਤਾ, ਉਹ ਆਏ ਆ, ਇਹ ਨਹੀਂ ਆਇਆ। ਉਸ ਤੋਂ ਬਾਅਦ ਉਹ ਮੁੰਡੇ ਆਏ, ਕਹਿੰਦੇ ਭਾਈ ਤੂੰ ਕਿੱਦਾਂ ਨਹੀਂ ਪਾ ਕੇ ਦਿੱਤਾ, ਕਹਿੰਦਾ ਉਹਨੂੰ ਘਰੇ ਜਾ ਕੇ, ਉਹਦੇ ਘਰੇ ਜਾ ਕੇ ਧਮਕੀ ਦੇ ਕੇ ਆਏ। ਫਿਰ ਅਸੀਂ ਚਲੋ ਮੱਲੇਦਾਰੀ ਕੋਲ, ਚਲੋ ਛੱਡੋ ਮੱਲੇਦਾਰੀ ਆ, ਕਿਉਂ ਕਿਸੇ ਨੇ ਲੜਨਾ, ਇੱਕ ਜਗ੍ਹਾ ਰਹਿਣਾ ਆਪਾਂ ਨਹੀਂ ਲੜਨਾ ਹੈਗਾ, ਚਲ ਗਾਲੀ ਕਮੇਟੀ ਦਾ ਬੰਦਾ ਸੀਗੇ, ਉਹਦੇ ਦੋਸਤ ਸੀਗੇ, ਮੈਂ ਮੈਂਬਰ ਹੀ ਸਰ ਸਾਰਿਆਂ ਦੇ। ਜੇ ਉਸ ਤੋਂ ਬਾਅਦ ਅਸੀਂ ਮਨਾ ਕਰਤਾ ਸੀ ਕਿ ਨਹੀਂ ਦੇਣਾ ਹੈਗਾ ਲੰਗਰ, ਉਹ ਜਦੋਂ ਉਹਦੇ ਨਾਲ ਗੱਲ ਸਮਝਾ ਕੇ ਖਤਮ ਕਰਾਤੇ। ਉਸ ਤੋਂ ਬਾਅਦ ਸਾਡੇ ਕੋਲ ਇਸ ਮੰਡੇ ਨੂੰ ਆਏ, ਕਹਿੰਦੇ ਜੀ ਆਪਾਂ ਨਾ ਬਹਿ ਕੇ ਰਾਜੀਨਾਮਾ ਕਰਨਾ, ਆਪਾਂ ਲੜਨਾ ਨਹੀਂ ਹੈਗਾ, ਇੱਕੋ ਰਹਿਣ ਵਾਲੇ ਹਾਂ, ਸਾਡੀ ਗੱਲ ਹੋ ਗਈ। ਉਸ ਤੋਂ ਬਾਅਦ ਫਿਰ ਮੈਨੂੰ ਕੱਲ੍ਹ ਬੁਲਾਇਆ ਇਹਨਾਂ ਨੇ, ਮੈਨੂੰ ਕਹਿੰਦੇ ਵੀ ਇੱਦਾਂ ਦਾ ਰਾਜੀਨਾਮਾ ਕਰਨਾ, ਰਾਜੀਨਾਮੇ ਗੱਲ ਹੋਈ। ਉਸ ਤੋਂ ਬਾਅਦ ਅੱਜ ਦਾ ਟਾਈਮ ਰੱਖਿਆ ਸੀ ਵੀ ਜਿਹੜੇ ਬੰਦੇ ਹੋਰ ਵੀ ਸੀ ਲੜੇ, ਉਹ ਸਾਰੇ ਥੋੜ੍ਹਾ ਸਾਡੇ ਇਹੀ ਸੀਤਲਾ ਮਾਤਾ ਮੇਲਾ ਕਰਨਾਲ ਹੋ ਰਿਹਾ, ਸਾਰੇ ਉੱਥੇ ਪਹੁੰਚੇ ਸੀ ਬੰਦੇ ਸਾਰੇ। ਅੱਜ ਕੱਲ੍ਹ ਚਲੋ
ਕੱਲ੍ਹ ਦਾ ਟਾਈਮ ਰੱਖ ਲਓ ਸ਼ੁੱਕਰਵਾਰ, ਸ਼ੁੱਕਰ ਆਪਾਂ ਜੋ ਵੀ ਲਿਖ ਪੜ੍ਹ ਕਰਕੇ ਸਾਰੇ ਮੁੱਲੇ ਇਕੱਠੇ ਕਰਕੇ ਆਪਾਂ ਜੋ ਵੀ ਇਹ ਫੈਸਲਾ ਕਰਾਂਗੇ। ਕੁਝ ਅੱਜ ਇਹ ਪਿਛਲੇ ਆਪਣੀ ਦੁਕਾਨ ਹੈ ਇਹਨਾਂ ਦੀ ਮੋਬਾਈਲਾਂ ਦੀ, ਮੋਬਾਈਲਾਂ ਦੁਕਾਨ 'ਤੇ ਇਹ ਸੋਨੂ ਨਾਇਡੂ ਦੀ ਇਹਨੇ ਨਾਇਡੂ ਦੁਕਾਨ ਆ, ਅਤੇ ਦੁਕਾਨ 'ਤੇ ਆਪਣਾ ਜੋ ਵੀ ਕੈਸ਼ ਕੁਸ਼ ਜੋ ਵੀ ਹਿਸਾਬ ਤਾਂ ਦੇਣ ਗਿਆ ਵੀ ਜਿੰਨਾ ਮਨੀ ਟ੍ਰਾਂਸਫਰ ਜੋ ਵੀ ਹੋੜ ਗਿਆ। ਉਸ ਤੋਂ ਬਾਅਦ ਇਹ ਕੀ ਹੋਇਆ ਕਿ ਪਤਾ ਹੀ ਕਿਤੇ ਠੇਕੇ 'ਤੇ ਰੋਕ ਕੇ ਜਿਹੜੇ ਮੇਨ ਜਿਹੜੇ ਮਾਰਿਆ ਕਹਿੰਦਾ ਗੋਰੀ ਸੀ ਅਤੇ ਕਾਕਾ ਸੀ ਜੋ ਉਹਨੇ ਦੱਸਿਆ ਮੈਨੂੰ ਸਾਨੂੰ, ਕਹਿੰਦੇ ਦੋਨਾਂ ਨੇ ਹਾਂਜੀ ਹਾਂਜੀ ਦੋਸਤ ਨੇ। ਠੀਕ ਹੈ ਉਹ, ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਬਾਕੀ ਜਿਹੜੇ 15-20 ਬੰਦੇ ਸੀਗੇ ਉਹ ਅਦਰ ਬੰਦੇ ਸਾਨੂੰ ਨਹੀਂ ਪਤਾ, ਬਾਕੀ ਉਹਨੂੰ ਜੋ ਰਿਐਲਿਟੀ ਹੈ ਸੋਨੂੰ ਨੂੰ ਪਤਾ ਕਿਹੜੇ ਕਿਹੜੇ ਬੰਦੇ ਕੀ ਸੀ ਕੌਣ ਕੌਣ ਸੀ ਨਾਲ ਸੀ, ਕਿੰਨੇ ਬੰਦੇ ਉਹਨੇ ਦੱਸਿਆ ਉਹਦੇ ਜਿਹੜੇ ਦਲੀਪ ਸੀ ਉਹ ਕਰੇ 15-20 ਬੰਦੇ ਸੀਗੇ ਜਿਹਨੇ ਮੇਨ ਮਾਰਿਆ ਕਾਕਾ ਅਤੇ ਕਹਿੰਦੇ ਉਹ ਗੋਰੀ ਮੁੰਡੇ ਇਹਨੇ ਦੋਨੇ ਮਾਰਿਆ ਕਹਿੰਦੇ ਟੋਕੇ ਮਾਰੇ। ਸੋਨੂੰ ਦੇ ਦਾਤ ਕਿੰਨੇ ਕੁ ਵੱਜੇ ਆ? ਸੋਨੂੰ ਦਾਤ ਸਰ ਪੈਰਾਂ ਦੇ ਵੱਜੇ ਹੋਏ ਆ ਅਤੇ ਬਕਾਇਦਾ ਮੱਥੇ ਦੇ ਇੱਥੇ ਲੱਗੇ ਹੋਏ ਆ ਅਤੇ ਹੁਣ ਅੰਦਰਲੀਆਂ ਸੱਟਾਂ ਵੱਜੀਆਂ ਉਹ ਹੁਣ ਬਾਕੀ ਡਾਕਟਰ ਚੈੱਕ ਕਰ ਰਹੇ ਆ। ਸਾਨੂੰ ਸਰ ਫੋਨ ਆਇਆ ਵੀ ਇੱਦਾਂ ਦਾ ਇਹ ਦਲੀਪ ਦਾ ਫੋਨ ਆਇਆ ਭਾਜੀ ਇੱਦਾਂ ਦਾ ਸੱਟਾਂ ਵੱਜੀਆਂ ਹੋਈਆਂ ਤੁਸੀਂ ਆਓ, ਫਿਰ ਅਸੀਂ ਪਹੁੰਚੇ ਉੱਥੇ। ਪੁਲਿਸ ਨੂੰ ਸੂਚਿਤ ਕਰਤਾ? ਪੁਲਿਸ ਨੂੰ ਸੂਚਿਤ ਅਸੀਂ ਸਿੱਧਾ ਪਲੇਸ ਚੈਰੀਟੇਬਲ ਲੈ ਗਏ, ਚੈਰੀਟੇਬਲ ਕਹਿੰਦੇ ਵੀ ਸਾਡੇ ਕੋਲ ਕੁਲੀਸ਼ਨ ਨਹੀਂ ਤੁਸੀਂ ਵੱਡੇ ਹੋਸਪਿਟਲ ਲੈ ਜਾਓ, DMC ਲੈ ਜਾਓ। ਅਸੀਂ ਫਟਾਫਟ CMC ਲੈ ਕੇ ਆ ਥਾਣਾ ਦਰੇਸੀ 10 ਨੰਬਰ ਚੌਂਕ। ਠੀਕ ਹੈ।